ਅਗਲੇ ਜਿਹੜੇ ਕਾਲਰ ਆਪਣੇ ਨਾਲ ਅਭੀ ਜੀ ਜੁੜੇ ਨੇ। ਹਾਂਜੀ ਅਭੀ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਤੇ ਸਾਰੇ ਜਿੰਨੇ ਵੀ ਸੁਣਨ ਵਾਲੇ ਸਰੋਤੇ ਹੈਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਇਹ ਤੁਹਾਡਾ ਪ੍ਰੋਗਰਾਮ ਹੁਣੇ ਸੁਣਨ ਨਹੀਂ ਲੱਗਾ ਸੀਗਾ, ਤੇ ਹੁਣ ਭਾਈ ਸਾਹਿਬ ਗੱਲ ਕਰਕੇ ਗਏ ਆ ਪੈਸਿਆਂ ਦੀ। ਪਹਿਲਾਂ ਤੇ ਇੱਕ ਨੰਬਰ ਤੇ ELD ਦੇ ਬਾਰੇ ਵੀ ਮੈਂ ਕਹਿਣਾ ਚਾਹੁੰਦਾ ਕਿ ਜਿੱਦਾਂ ਨਾ ਕਈ ਕੰਪਨੀਆਂ ਹੈਗੀਆਂ ਸਪੈਸ਼ਲੀ, ਜਿੱਦਾਂ ਨਾ ਜਿਹਨਾਂ ਨੂੰ ਔਨ ਬੋਰਡਿੰਗ ਕਹਿੰਦੇ, ਸਰਵਿਸ ਪ੍ਰੋਵਾਈਡ ਕਰਦੀਆਂ, ਜਿੱਦਾਂ ਬਈ ਕਿਸੇ ਬ੍ਰੋਕਰ ਨੇ ਕਿਸੇ ਨੂੰ ਕੈਰੀਅਰ ਦੇ ਨਾਲ ਜਾਂ ਟਰੱਕ ਵਾਲੀ ਕੰਪਨੀ ਨੇ ਸੈਟਅਪ ਕਰਨਾ ਹੈ, ਤੇ ਉਹ ਫਿਰ ਉਹ ਲਿੰਕ ਸਿੱਧਾ ਉਹ ਭੇਜ ਦਿੰਦੇ ਹੈਗੇ ਆ। ਤੋ ਮੈਂ ਕਹਿਣਾ ਚਾਹੁੰਦਾ ਵੀ ਜਿੱਦਾਂ ਨਾ ਵੈਸੇ ਥੋੜੀ ਜਿਹੀ ਜਾਇਜ਼ ਜਿਹੀ ਗੱਲ ਨਹੀਂ ਹੈਗੀ। ਚਲੋ ਠੀਕ ਹੈ, ਸੈਟਅਪ ਕਰਨਾ ਹੁੰਦਾ ਆ, ਆਪਣਾ ਡਾਕੂਮੈਂਟੇਸ਼ਨ ਭਰਨੀ ਆ, ਪੇਪਰ ਵਰਕ ਭਰ ਕੇ ਤੇ ਕੈਰੀਅਰ ਦਾ ਤੇ ਬ੍ਰੋਕਰ ਦਾ ਸੈਟਅਪ ਹੋ ਗਿਆ, ਓਕੇ ਆ। ਪਰ ਉਹ ਕਈ ਸਰਵਿਸਿਸ ਇਦਾਂ ਦੀਆਂ ਹੈਗੀਆਂ ਜਿੱਦਾਂ ਵੀ ਉਹਨੂੰ ਤੁਹਾਨੂੰ ਮਜਬੂਰ ਕਰਦੇ ਆ ਵੀ ਤੁਸੀਂ ਉਹ ਸਾਈਨ ਅਪ ਕਰੋ ਹੀ ਕਰੋ, ਜਿਹਦੇ ਨਾਲ ਕੀ ਹੁੰਦਾ ਤੁਹਾਨੂੰ ਉਹ ਟਰੈਕ ਕਰਦਾ ਬ੍ਰੋਕਰ ਵਗੈਰਾ ਜਿੱਦਾਂ ਨਾ। ਹੁਣ ਸਾਨੂੰ ਥੋੜਾ ਪਤਾ ਉਹਨੇ ਸਰਵਿਸ ਦਾ ਔਨ ਕਰਾ ਲਈ ਸਾਡੇ ਕੋਲ ਜਾ ਕੇ, ਤੇ ਪਰ ਕੀ ਪਤਾ ਸਾਨੂੰ ਉਹ ਟਰੈਕ ਕਰਦਾ ਵੀ ਜਾਂ ਸਾਡੀ ਇਨਫੋਰਮੇਸ਼ਨ ਵੇਚਦਾ। ਜਿੱਦਾਂ ਸਾਡਾ ਜਿਹੜਾ ਬਿਜ਼ਨਸ ਹੁੰਦਾ ਹੈ ਨਾ, ਸਾਨੂੰ ਟਰੱਕਾਂ ਦੇ ਵਿੱਚੋਂ ਅਸੀਂ ਚਲਾਉਂਦੇ ਹਾਂ ਜੀ, ELD ਵਾਲੇ ਕੋਈ ਕਿਤੇ ਫਿਰਨ ਡਿਆ, ਕੋਈ ਕਿਤੇ ਟਰੱਕ ਲੈ ਕੇ ਤੁਰਿਆ ਆ, ਪਰ ਇਹਨਾਂ ਨੂੰ ਫਿਰ ਸਾਰਾ ਹੀ ਪਤਾ ਲੱਗ ਜਾਂਦਾ ਵੀ ਟਰੱਕ ਭਵਾਂ ਅਸੀਂ ਟਰੱਕ। ਹਾਂ, ਬਹੁਤ ਵਧੀਆ ਗੱਲ ਕਰਦੇ ਹਾਂ ਤੁਸੀਂ, ਚਲੋ ਠੀਕ ਆ ਵੀ ਟਰੱਕ ਪੋਸਟ ਨਹੀਂ ਕਰਨਾ ਚਾਹੀਦਾ ਵੀ ਨਹੀਂ ਪਤਾ ਲੱਗਦਾ ਬ੍ਰੋਕਰ ਨੂੰ, ਪਰ ਸਾਨੂੰ ਅੱਜ ਦੀਆਂ ਆਹ ਇਲੈਕਟ੍ਰੋਨਿਕ ਵਾਲੀਆਂ ਸਰਵਿਸ ਹੈਗੀਆਂ, ਤੇ ਇਹਦੇ ਨਾਲ ਕੀ ਹੁੰਦਾ ਵੀ ਹੋ ਸਕਦਾ ਸਾਡੀ ਸਰਵਿਸ ਬਾਹਰ ਵੇਚਦੇ ਹੋਣ, ਪਰ ਸਾਨੂੰ ਕਹਿੰਦੇ ਵੀ ਨਹੀਂ ਅਸੀਂ ਧਾਰੀ ਦਾ ਸਰਵਿਸ ਨਹੀਂ ਵੇਚਦੇ ਹੈਗੇ ਜਾਂ ਕਿੱਦਾਂ, ਕਿਉਂਕਿ ਬ੍ਰੋਕਰ ਨੂੰ ਪਤਾ ਲੱਗ ਜਾਂਦਾ ਵੀ ਇੰਨਾ ਕੁ ਟਰੱਕ ਇਸ ਫੀਲਡ ਵਿੱਚ ਜਾਂ ਸ਼ਹਿਰ ਦੇ ਵਿੱਚ ਅਵੇਲੇਬਲ ਹੈਗਾ ਆ, ਨਹੀਂ ਤਾਂ ਇੰਨੀ ਇਹਨਾਂ ਨੂੰ ਕੀ ਜ਼ਰੂਰਤ ਆ। ਕਈ ਮੈਂ ਦੇਖਿਆ ਵੀ ਉਹ ਤੁਹਾਡਾ ਉਹ ਜਿਹੜੀ ਅਗਰ ਆਈ ਥਿੰਕ ਉਹਨੂੰ API ਸ਼ੇਅਰਿੰਗ ਕਹਿੰਦੇ ਆ, ਮੇ ਬੀ ਸਮਥਿੰਗ ਲਾਈਕ ਦੈਟ, ਯੂ ਨੋ, ਅਗਰ ਉਹ ਨਹੀਂ ਅਵੇਲੇਬਲ ਹੁੰਦੀ ਹੈ ਕੀ ਹੈ, ਉਸ ਤੋਂ ਬਗੈਰ ਉਹ ਸੈਟਅਪ ਨਹੀਂ ਕਰ ਸਕਦੇ। ਮੈਕਰੋ ਪੁਆਇੰਟ ਬਣਿਆ ਆ ਜਾਂ ਟਰੱਕਰ ਟੂਲਸ ਹੈਗੇ ਆ, ਹੋਰ ਵੀ ਕਈ ਆਪਸ਼ਨਸ ਹੁੰਦੀਆਂ ਜਿਹੜੀਆਂ ਤੁਸੀਂ ਥ੍ਰੀ ਗਾਈਡਸ ਆਈ ਥਿੰਕ ਹੁੰਦਾ ਜਿਹਦੇ ਨਾਲ ਤੁਸੀਂ ਕੈਰੀਅਰ ਨੂੰ ਟਰੈਕ ਕਰ ਸਕਦੇ ਆ। ਪਰ ਮੈਂ ਚਾਹੁੰਦਾ ਵੀ ਭਾਜੀ ਹੁਣ ਇਹ ਚੀਜ਼ ਤੇ ਮੁੱਦਾ ਉਠਾਉਣ ਜ਼ਰੂਰ FMC ਵਾਸਤੇ, ਕਿਉਂਕਿ ਭਾਈ ਐਵੇਂ ਹਰ ਇੱਕ ਬੰਦਾ ਮੂੰਹ ਚੁੱਕ ਕੇ ਜਿਹੜਾ ਮਰਜ਼ੀ ਕਰਨ ਲੱਗ ਪਿਆ ਵੀ ਅਸੀਂ ਤੁਹਾਨੂੰ ਸੈਟਅਪ ਨਹੀਂ ਕਰਨਾ ਜਾਂ ਬ੍ਰੋਕਰ ਸਾਨੂੰ ਲੋੜ ਨਹੀਂ ਦਿੰਦਾ ਵੀ ਤੁਸੀਂ ਅਗਰ ਇਹ ਚੀਜ਼ ਨੂੰ ਅਗਰ ਤੁਸੀਂ ਐਕਸੈਪਟ ਨਹੀਂ ਕਰਦੇ ਹੈਗੇ। ਠੀਕ ਆ ਜੀ। ਸੋ ਦੂਸਰੇ ਨੰਬਰ ਤੇ ਹਾਂ, ਮੈਂ ਰੇਟ ਦੀ ਗੱਲ ਕਰਨਾ ਚਾਹੁੰਦਾ ਆ ਵੀ ਪਹਿਲਾਂ ਵੀ ਮੈਂ ਭਰਾਵਾਂ ਸਾਰਿਆਂ ਨੂੰ ਗੱਲ ਕੀਤੀ, ਚਲੋ ਠੀਕ ਆ ਯੂਨੀਅਨਾਈਜ਼ ਹੋਣਾ ਬਹੁਤ ਜ਼ਰੂਰੀ ਆ। ਚਲੋ ਮੈਂ ਕਹਿੰਦਾ ਵੀ ਨਹੀਂ ਵੀ ਹੁੰਦੇ, ਚਲੋ ਜਿੰਨਾ ਵੀ ਹੈਗਾ ਸਾਡੇ ਥੋੜਾ ਇੱਕ ਸਲਾਹ ਜੀ ਹੋਣੀ ਚਾਹੀਦੀ ਆ। ਜੂਬਾ ਸਿਟੀ ਹੋਇਆ, ਸੈਕਰਾਮੈਂਟੋ ਮੋਸਟਲੀ ਜਾਂ ਸਟਾਕਟਨ ਤੱਕ ਦੇ ਨਾ, ਜਿੱਦਾਂ ਐਗਜ਼ਾਮਪਲ ਦੇ ਤੌਰ ਤੇ ਜਾਂਦੇ ਆ, ਪੋਰਟਲੈਂਡ ਹੋਇਆ ਜਾਂ ਵਾਸ਼ਿੰਗਟਨ ਨੂੰ ਜਾਂਦੇ ਆ, ਤੇ ਜਾਂ ਹੋਰ ਨਿਊਯਾਰਕ ਵਾਲੀ ਸਾਈਡ ਨੂੰ ਜਾਂਦੇ ਆ, ਮਤਲਬ ਕੋਈ ਵੀ ਲਾਈਨ ਹੋ ਸਕਦੀ, ਲੇਨ ਹੋ ਸਕਦੀ ਆ। ਪਰ ਇਹ ਸਾਡੇ 'ਚ ਇੱਕ ਬਹਿ ਕੇ ਸਲਾਹ ਹੋਣੀ ਚਾਹੀਦੀ ਆ ਵੀ ਠੀਕ ਆ, ਘੱਟੋ ਘੱਟ ਇੱਕ ਨਾ ਮਿਨੀਮਮ ਰੇਟ ਡਿਸਾਈਡ ਹੋਣਾ ਚਾਹੀਦਾ ਆ ਵੀ ਇੰਨਾ ਜਿਹੜਾ ਹੈਗਾ ਘੱਟੋ ਘੱਟ ਬੰਦਾ ਕੋਈ ਵੀ ਚੱਕ ਲਵੇ ਰੇਟ ਵੀ ਉਹ ਲੈ ਕੇ ਜਾਵੇ। ਜੇ ਮੰਨ ਲਓ ਤੁਸੀਂ 3000 ਡਿਸਾਈਡ ਕਰ ਲਿਆ ਫਾਰ ਐਗਜ਼ਾਮਪਲ ਤੇ ਪੋਰਟਲੈਂਡ ਦਾ, ਤੇ ਹਰ ਇੱਕ ਬੰਦੇ ਨੂੰ ਪਤਾ ਵੀ 3000 ਤੋਂ ਥੱਲੇ ਨਹੀਂ ਜਾਣਾ, ਜਿਹੜਾ ਮਰਜ਼ੀ ਚੱਕ ਲਏ। ਹੁਣ ਕੋਈ ਬੰਦਾ ਕੁਛ ਵੀ ਕਰਦਾ, ਕਿਸੇ ਦੀ ਸੋਚ ਕਿਸੇ ਤਰ੍ਹਾਂ ਦੀ ਆ ਵੀ ਮੈਂ ਕਾਲਾ ਆ ਜਾਂ ਕੋਈ ਕਿੱਦਾਂ ਵੀ ਹੈਗਾ, ਪਰ ਹਰ ਇੱਕ ਬੰਦੇ ਨੂੰ ਪਤਾ ਆ ਵੀ ਮੈਂ 3000 ਦਾ ਲੋਡ ਆ ਉਹ ਮੈਂ 3000 ਦਾ ਹੀ ਲੈ ਕੇ ਜਾਣਾ, ਜਾਂ ਉਸ ਤੋਂ ਉੱਪਰ ਜਾ ਕੇ ਮੈਂ ਐਕਸਟਰਾ ਪੈਸੇ ਉਹਦੇ ਜਿੰਨੇ ਵੀ ਮੈਂ ਨੈਗੋਸ਼ੀਏਟ ਜਿਹਨੂੰ ਕਹਿੰਦੇ ਆ ਆਪਾਂ ਇੱਕ ਦੂਜੇ ਨਾਲ ਬਿਜ਼ਨਸ ਦਾ ਸਕਿੱਲ ਹੁੰਦੀਆਂ ਥੋੜੀ ਜਿਹੀ ਗੱਲਬਾਤ ਕਰਨੀ ਪੈਂਦੀ, ਤੁਸੀਂ ਰੇਟ ਵਧਾ ਸਕਦੇ ਆ ਬਾਏ ਦਾ ਪ੍ਰੋਡਕਟ ਦੀ ਕਿਹੜੀ ਕੈਟਾਗਰੀ ਦਾ ਪ੍ਰੋਡਕਟ ਹੈਗਾ। ਠੀਕ ਹੈ ਜੀ। ਦੂਸਰੇ ਨੰਬਰ ਤੇ ਮੈਂ ਜਿੰਨੇ ਵੀ ਭਰਾ ਹੈਗੇ, ਚਲੋ ਠੀਕ ਆ ਹਰ ਇੱਕ ਦਾ ਕੰਮ ਵਧੀਆ ਚੱਲਣਾ ਚਾਹੀਦਾ ਹੈਗਾ, ਮਤਲਬ ਇਹ ਚੀਜ਼ ਦਾ ਇਹ ਆ ਵੀ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਫਾਇਦਾ ਹੁੰਦਾ ਆ। ਅਗਰ ਜੇ ਹੁਣ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਲੋਡ ਲੱਗਾ ਆ ਪੋਰਟਲੈਂਡ ਦਾ, ਇੱਕ ਹੀ ਲੋਡ ਲੱਗਾ ਆ, ਅਸੀਂ 200 ਬੰਦਾ ਬੈਠੇ ਆ ਇੱਥੇ ਲੋਡ ਚੱਕਣ ਵਾਸਤੇ, ਹੁਣ ਮੈਨੂੰ ਵੀ ਲੋਡ ਪਈ ਆ, ਹਰ ਇੱਕ ਬੰਦੇ ਨੂੰ ਲੋਡ ਆ, ਹਰ ਇੱਕ ਬੰਦੇ ਨੂੰ ਜ਼ਰੂਰਤ ਆ 200 ਬੰਦੇ ਦੇ ਵਿੱਚ। ਠੀਕ ਆ ਜੀ। ਐਗਜ਼ਾਮਪਲ ਮੈਂ ਦੇਣ ਲੱਗਾ ਬਾਈ, ਬਹੁਤ ਕੰਮ ਦੀ ਚੀਜ਼ ਆ ਇਹ, ਤੇ ਜੇ ਮੰਨ ਲਓ ਲੋਡ ਚੱਕਣਾ ਆ, ਸਾਨੂੰ ਪਤਾ ਵੀ 3000 ਅਸੀਂ ਡਿਸਾਈਡ ਕੀਤਾ ਆ, ਜੇ ਆਪਣੇ ਸਾਨੂੰ ਨਾ ਇਹ ਜਿਹੜਾ ਮਰਜ਼ੀ ਬੰਦਾ ਚੱਕ ਕੇ ਲੈ ਜਾਵੇ ਕੋਈ ਵੀ 200 ਵਿੱਚੋਂ, ਉਹ 3000 ਦਾ ਘੱਟੋ ਘੱਟ ਲੈ ਕੇ ਜਾਵੇ ਜਾਂ 3000 ਤੋਂ ਉੱਪਰ ਲੈ ਕੇ ਜਾਵੇ। ਜਿਹੜਾ ਬੰਦਾ ਇਹ ਸੋਚ ਰੱਖਦਾ ਆ ਵੀ ਮੈਂ 3000 ਦੀ ਥਾਂ ਤੇ ਮੈਂ 2500 ਚ ਲੈ ਕੇ ਜਾਵਾਂਗਾ,
ਮੰਨ ਲਾ ਐਗਜ਼ਾਮਪਲ ਦੇ ਤੌਰ ਤੇ ਤੁਸੀਂ 2500 ਦਾ ਲੈ ਗਏ ਜਾਂ ਥੱਲੇ ਡਿੱਗ ਕੇ ਲੈ ਗਏ, ਚੱਲ ਇੱਕ ਬੰਦਾ ਕਹਿੰਦਾ ਚੱਲ ਮੈਂ 2000 ਦਾ ਵੀ ਲੈ ਜਾਣਾ ਜਾਂ ਚੁੱਕ ਕੇ ਲੋਡ ਮੈਂ ਲੈ ਗਿਆ, 2000 ਦਾ ਲੈ ਗਿਆ। ਹੁਣ ਲੋਡ ਇੱਕ ਸੀਗਾ, 200 ਬੰਦੇ ਪਿੱਛੇ ਇੱਕ ਬੰਦਾ ਲੋਡ ਲੈ ਕੇ ਗਿਆ, ਠੀਕ ਹੈ ਜੀ, ਲੋਡ ਇੱਕੋ ਲੈ ਗਿਆ, ਪਰ ਉਹ ਬੰਦਾ ਕਿੰਨਾ $1000 ਦਾ ਘਟਾ ਖਾ ਗਿਆ ਮੂਰਖਤਾਈ ਕਰਕੇ, ਉਹਨੂੰ ਕਹਿੰਦੇ ਬੇਗੂ, ਮਹਾ ਬੇਗੂ ਉਹ ਬੰਦੇ ਨੂੰ ਕਹਿੰਦੇ ਆ, ਠੀਕ ਹੈ ਜੀ। ਹੁਣ ਉਹੀ ਲੋਡ ਜਾਣਾ ਤੇ ਇੱਕ ਹੀ ਲੋਡ ਆ, ਕੋਈ ਵੀ ਲੈ ਜਾਏ, ਮੈਂ ਕਹਿੰਦਾ ਐਗਜ਼ਾਮਪਲ ਦੇ ਤੌਰ ਤੇ ਜਿਹੜਾ ਮਰਜ਼ੀ ਲੈ ਜਾਵੇ, ਪਰ ਉਹ 3000 ਦਾ ਲੋਡ ਲੈ ਕੇ ਗਿਆ ਹੁੰਦਾ, ਤੁਹਾਨੂੰ ਉਸੇ ਬੰਦੇ ਨੂੰ ਜੇ ਉਹ ਸੋਚ ਵਿੱਚ ਇਹ ਹੁੰਦਾ ਵੀ ਮੈਂ 3000 ਦਾ ਲੈ ਕੇ ਜਾਣਾ, ਇਹ ਲੱਕ ਦੀ ਗੱਲ ਹੁੰਦੀ, ਕੋਈ ਵੀ ਲਿਜਾ ਸਕਦਾ। ਜਦ ਦੇਖੋ ਵੀ ਖੋ ਨਾ ਇੱਕ ਦੂਜੇ ਤੋਂ, ਇਹ ਸੋਚ ਰੱਖੋ ਵੀ 3000 ਦਾ ਲੋਡ ਕਹਿਤਾ ਕਿ ਸਾਡੇ ਭਰਾਵਾਂ ਨੇ ਵੀ 3000 ਦਾ ਹੀ ਖਾਣਾ ਆ ਜਾਂ ਉੱਪਰ ਖਾਣਾ ਆ, ਲੋਡ ਇੱਕ ਹੀ ਗਿਆ ਪਰ ਪੈਸੇ ਉਹਦੇ ਪੂਰੇ ਆਏ ਆ। ਜੇ ਸਾਡੀ ਗਲਤੀਆਂ ਜਾਂ ਮੂਰਖਤਾ ਹੀ ਨਾ ਹੀ ਖੜਦੇ ਆ, ਉਹੀ ਲੋਡ 3000 ਦਾ ਪਵਾਂ ਅਸੀਂ 800 ਵੀ ਖੜ ਸਕਦੇ ਹਾਂ, ਡਿਪੈਂਡ ਕਰਦਾ ਸਾਡੇ ਦੇ ਉੱਪਰ। ਇਸ ਕਰਕੇ ਮੈਂ ਆਪਣੇ ਭਰਾਵਾਂ ਨੂੰ ਚਾਹੁੰਦਾ ਵੀ ਸਾਨੂੰ ਸਾਰਿਆਂ ਨੂੰ ਥੋੜੇ ਇਲਾਕੇ ਬਾਈ ਨਾ ਸਲਾਹ ਕਰ ਲੈਣੀ ਚਾਹੀਦੀ ਹੈ, ਥੋੜੀ ਜਿਹੀ ਨਾ ਹਟ ਕੇ। ਸੋਸ਼ਲਿਜ਼ਮ ਕਹਿੰਦੇ ਆ ਬੰਦਿਆਂ ਵਿੱਚ ਆਪਸ ਵਿੱਚ ਏਗਾ ਜਾਂ ਮਤਲਬ ਆਪਸ ਵਿੱਚ ਥੋੜਾ ਸਾਨੂੰ ਸੁਭਾਅ ਦੇ ਵੀ ਚੇਂਜ ਕਰਨ ਦੀ ਲੋੜ ਆ ਵੀ ਜਦੋਂ ਆਪ ਆਪਣੇ ਸਾਥ ਠੀਕ ਆ ਸਾਰੇ ਰਾਜੀ ਬਾਜੀ ਆ ਜਿੱਦਾਂ ਵੀ ਹੱਸਦੇ ਵੱਸਦੇ ਰਹਿਣ, ਪਰ ਥੋੜਾ ਸਾਨੂੰ ਇਸ ਚੀਜ਼ 'ਤੇ ਡਿਸਾਈਡ ਕਰਨ ਦੀ ਲੋੜ ਆ ਕਿ ਅਸੀਂ ਇਸ ਤਰ੍ਹਾਂ ਸਲਾਹ ਵਿਚਾਰ ਕਰਕੇ ਤੇ ਆਪਣੇ ਆਪ ਨੂੰ ਸਹੀ ਸਟੈਬਲਿਸ਼ ਕਰੀਏ, ਤਾਂ ਕਿ ਸਾਡਾ ਜਿਹੜਾ ਉਹ ਰਹਿਣਾ ਸਹਿਣਾ ਹਰ ਇੱਕ ਚੀਜ਼ ਜਿਹੜੀ ਉਹ ਸਹੀ ਹੋਵੇ, ਤਾਂ ਕਿ ਸਾਡੀ ਜਿਹੜੀ ਲਾਈਫ ਵੀ ਉਸ ਖੁਸ਼ਹਾਲ ਹੋਵੇ ਤੇ ਸਾਡਾ ਬਿਜ਼ਨਸ ਵੀ ਜਿਹੜਾ ਉਹ ਚੜ੍ਹਦੀਆਂ ਕਲਾਵਾਂ ਵਿੱਚ ਰਹੇ। ਧੰਨਵਾਦ ਭਾਜੀ ਬਹੁਤ ਟਾਈਮ ਦੇਣ ਵਾਸਤੇ ਜੀ। ਓਕੇ, ਥੈਂਕ ਯੂ ਜੀ, ਸ਼ੁਕਰੀਆ ਜੀ। ਅਗਲੇ ਕਾਲਰ ਨੇ ਮੇਜਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਤੁਹਾਨੂੰ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਰਮਨ ਭਾਜੀ ਨੂੰ ਪੁੱਛਣਾ ਸੀਗਾ ਵੀ ਜਿੱਦਾਂ ਨਾ ਇੱਕ ARV ਵਾਲਿਆਂ ਨੇ ਨਾ ਵੀ $30 ਲੈਂਦੇ ਆ ਤੇ ਉਹ ਸਰਟੀਫਿਕੇਟ ਦਿੰਦੇ ਆ 6 ਮੰਥ ਦਾ, ਤੇ ਪਹਿਲਾਂ ਉਹਨੇ 6 ਮੰਥ ਦਾ ਦੇ ਦਿੱਤਾ ਸੀਗਾ, ਤੇ ਮੈਂ ਜੋ ਦੂਜੀ ਵਾਰ ਉਹਨਾਂ ਨੂੰ ਪੇ ਕੀਤੇ ਆ $30 ਤੇ ਉਹਨਾਂ ਨੇ ਮੈਨੂੰ 4 ਮੰਥ ਦਾ ਦਿੱਤਾ। ਵੀ ਇਹ ਵੀ ਜੇ ਅਸੀਂ ਰਜਿਸਟ੍ਰੇਸ਼ਨ ਲੈਣੀ ਹੋਵੇ ਤਾਂ ਰੀਨਿਊ ਕਰਾਉਣਾ ਹੋਵੇ ਤਾਂ ਸਾਨੂੰ ਪ੍ਰੋਬਲਮ ਆਊਗੀ, ਤੇ ਅਸੀਂ ਪੇ ਕਰੀਏ ਫਿਰ ਜਦੋਂ ਖਤਮ ਹੋ ਗਿਆ ਸਰਟੀਫਿਕੇਟ ਜਿੱਦਾਂ ਡੇਟ ਲਾਸਟ ਡੇਟ ਆ। ਜਿਹੜਾ ਸਰਟੀਫਿਕੇਟ ਤੁਹਾਡੀ ਰਜਿਸਟ੍ਰੇਸ਼ਨ ਉਹਦਾ 4 ਮਹੀਨੇ ਚ ਮੁੱਕਣ ਵਾਲੀ ਸੀਗੀ ਜਿਹੜੀ ਉਹਨਾਂ ਨੇ ਉਸ ਹਿਸਾਬ ਨਾਲ 4 ਮਹੀਨੇ ਦਾ ਦਿੱਤਾ ਸਰਟੀਫਿਕੇਟ? ਨਹੀਂ, ਉਹ ਰਜਿਸਟ੍ਰੇਸ਼ਨ ਜਿਹੜੀ ਮੁੱਕਣੀ ਹੈਗੀ ਉਹ ਸੀਗੀ ਨਵੰਬਰ ਦੇ ਵਿੱਚ 11ਵੇਂ ਮਹੀਨੇ, ਤੇ ਉਹਨੇ ਮੈਨੂੰ 10ਵੇਂ ਮਹੀਨੇ ਚ ਕਰ ਦਿੱਤਾ। ਓਕੇ ਜੀ, ਸੋ ਅੱਜ ਰਮਨ ਜੀ ਤਾਂ ਆਪਣੇ ਨਾਲ ਨਹੀਂ ਹੈ, ਪਰ ਚਲੋ ਜਿਹੜੇ ਹੋਰ ਕਾਲਰ ਨੇ ਸ਼ਾਇਦ ਉਹ ਜਿਹੜਾ ਤੁਹਾਡੇ ਸਵਾਲ ਦਾ ਜਿਹੜਾ ਕੁਐਸਚਨ ਦਾ ਆਨਸਰ ਜਿਹੜਾ ਉਹ ਦੇ ਸਕਣ ਜਾਂ ਜੇ ਰਮਨ ਜੀ ਸੁਣਦੇ ਹੋਏ ਕਾਲ ਕਰ ਸਕਦੇ ਹਾਂ। ਹਾਂਜੀ, ਹਰਭਵਿੰਦਰ ਸਿੰਘ ਤੂਰ ਕਹਿੰਦੇ ਵੀ ELD ਕੰਪਨੀਆਂ ਵੀ ਡਾਟਾ ਦੇ ਦਿੰਦੀਆਂ ਵੀ ਕਿੰਨੇ ਕੁ ਟਰੱਕ ਅਵੇਲੇਬਲ ਆ ਇੱਕ ਸਪੈਸ਼ਲ ਏਰੀਆ ਦੇ ਵਿੱਚ, ਉੱਥੇ ਪਤਾ ਲੱਗ ਜਾਂਦਾ ਜਦੋਂ ਲੋਡ ਚੱਕਣਾ ਵੀ ਕਿੰਨੇ ਕੁ ਟਰੱਕ ਜਿਹੜੇ ਆ ਉਹ ਵੱਡੇ ਬਿਜ਼ਨਸ ਵਾਲੇ ਇੱਕ ਦੂਜੇ ਨੂੰ ਹੈਲਪ ਕਰਦੇ ਹੀ ਕਰਦੇ ਆ ਜੀ, ਇੱਕ ਦੂਜੇ ਦੇ ਨਾਲ ਡਾਟਾ ਸ਼ੇਅਰ ਕਰਕੇ ਚੁੱਪ ਚਾਪ ਉਹ ਕਿੱਦਾਂ ਉਹਨਾਂ ਨੂੰ ਫਾਇਦਾ ਹੋਵੇ ਉਹ ਉਹਨਾਂ ਨੇ ਉਹ ਕਰਨਾ ਹੀ ਕਰਨਾ ਆ, ਤੁਸੀਂ ਉਹ ਰੋਕ ਨਹੀਂ ਸਕਣਾ। ਹਾਂ, ਰੌਲਾ ਆਪਾਂ ਜ਼ਰੂਰ ਪਾ ਸਕਦੇ। ਰਾਜਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਰੇਟਾਂ ਦੀ ਤਾਂ ਤੁਸੀਂ ਇੰਨਾ ਛੱਡੋ ਵੀ ਫਰੀਡਾ ਸੀਗਾ, ਮੈਂ ਹੁਣ ਆਪਣੇ 3000 ਮੀਲ ਆ ਕੈਲੀਫੋਰਨੀਆ ਦੀ 2022 ਨੂੰ ਲਈ ਬੈਠੇ ਆ, ਯਾਨੀ ਉਹ ਵੀ ਲੋਡ ਚੈੱਕ ਲੈਂਦਾ 10 ਮਿੰਟਾਂ ਦੇ ਵਿੱਚ, ਲੋਡ 2000 ਵੀ ਦਿਖਦਾ ਨੀਗਾ। ਅੱਛਾ, ਉਹ ਵੀ ਚੈੱਕ ਹੋ ਜਾਂਦਾ ਏਡੀ ਜਲਦੀ ਆ ਉਹ ਵੀ? ਹਾਂਜੀ ਹਾਂਜੀ, ਤੇ ਇੰਨਾ ਬੁਰਾ ਹਾਲ ਆ ਤੇ ਚਲੋ ਅਸੀਂ ਤਾਂ ਜਿਵੇਂ ਆਪ ਓਨ ਆਪਰੇਟਰ ਆ ਚਲੋ ਬਿੰਗ ਵਾਲ ਪਕਾ ਕੇ ਆ ਜਾਵਾਂਗੇ, ਚਲੋ 2 ਪੈਸੇ ਵੱਧ ਬਣ ਜਾਣ। ਮੈਂ ਪਿੱਛੇ ਜੇ ਨਾ ਐਰੀਜ਼ੋਨਾ ਟਰੱਕ ਬੈਕ ਇੱਕ ਪੰਜਾਬੀ ਮੁੰਡਾ ਆਇਆ ਨਾ, ਮੈਂ ਕੰਪਨੀ ਦਾ ਨਾ ਉਹ ਵੀ ਲੈਣਾ ਨਰਮ ਜਿਹਾ, ਜਿਵੇਂ ਆਪਣੇ ਪੰਜਾਬੀ ਮੁੰਡੇ ਤੁਹਾਨੂੰ ਪਤਾ ਵਿਚਾਰੇ ਬਾਰਡਰ ਟੱਪ ਗਏ ਜੀ, ਨਵਾਂ ਜਿਹਾ ਆਇਆ ਸੀਗਾ, ਤੇ ਮੈਨੂੰ ਕਹਿੰਦਾ ਵੀਰੇ ਮੇਰੇ ਨਾਲ ਬੈਕ ਲਵਾ ਦੀ, ਤੇ ਮੈਂ ਕਿਹਾ ਓਕੇ ਹੈਲਪ ਕਰ ਦੇਣਾ। ਆਲਰੇਡੀ 4 ਸਪੋਰਟ ਪਾਰਕਿੰਗ ਦੇ ਇਕੱਠੇ ਖਾਲੀ ਸੀ, ਉਹ ਤੋਂ 4 ਟਰੱਕਾਂ ਜਿੰਨੀ ਜਗ੍ਹਾ ਚ ਬੈਕ ਨੀ ਲੱਗਿਆ ਪੰਪ ਤੇ, ਤੇ ਮੈਨੂੰ ਗੋਰੇ ਆ ਕੇ ਕਹਿੰਦੇ ਵੀ ਯਾਰ ਤੁਸੀਂ ਪੰਜਾਬੀ ਲੋਕਾਂ ਮਜਾਇਲਾਂ ਛੱਡੀਆਂ ਹੋਈਆਂ ਰੋਡ ਤੇ, ਉਹਨੇ ਡਾਇਲਗ ਜਾਣਾ ਸੀ ਤੇ ਉਹ ਤੋਂ ਬੈਕ ਨੀ ਲੱਗ ਰਿਹਾ ਸੀਗਾ, ਦੇਖ ਲਓ ਉਹਦੇ ਚ
ਮੈਂ ਕਹਿੰਦਾ 100% ਇੰਸ਼ੋਰੈਂਸ ਚ ਵੀ ਨੀ ਉਹਦਾ ਨਾਂ ਆਉਣਾ, ਕਿਉਂਕਿ 2 ਯੀਅਰ ਐਕਸਪੀਰੀਅੰਸ ਤੋਂ ਘੱਟ ਐਡ ਵੀ ਨੀ ਕਰ ਰਹੇ ਇੰਸ਼ੋਰੈਂਸ ਵਾਲੇ ਜੀ। ਬਈ ਗੋਰੇ ਜਾਣੀ ਮੈਨੂੰ ਹੱਸਣ, ਕਹਿੰਦੇ ਮਝਾਲ ਛੱਡੀ ਹੋਈ I-40 ਦੇ, ਕਹਿੰਦੇ ਕਿਸੇ ਦੇ ਵੇਲੇ ਵੀ ਜਾਂ ਜਿਹੜਾ ਮਰਜ਼ੀ ਡਰਾਈਵਰ ਮਿਲਿਆ ਚੜ੍ਹਦਾ, ਇੰਨੀ ਮੰਦੀ ਦੇ ਵਿੱਚ ਵੀ ਆਪਾਂ ਇੰਨੇ ਨਵੇਂ ਮੁੰਡਿਆਂ ਨੂੰ ਜਾਣ ਦਾ ਟੀਮ ਚੜ੍ਹੋ। ਉਹਦੇ ਵਿੱਚ ਇੱਕ ਇਹ ਆ ਜਾਂਦਾ ਨਾ, ਲੋਕ ਦੇਖੋ ਹੁਣ ਏਦਾਂ ਵੀ ਸਾਰੇ ਜਦੋਂ ਪੈਸੇ ਘੱਟ ਬਣ ਰਹੇ ਆ ਉਦੋਂ ਕਹਿੰਦੇ ਵੀ ਚੱਲ ਹੁਣ ਛੱਡ ਸੌਣਾ ਕੀ ਆ, ਉਹ ਫਿਰ ਉਹ ਆਪ ਤਾਂ ਰਿਸਕ ਲੈਣਾ ਹੀ ਲੈਣਾ, ਦੂਜਿਆਂ ਨੂੰ ਵੀ ਜਿਹੜਾ ਉਹ ਫਿਰ ਉਸ ਪਾਸੇ ਵੱਲ ਨੂੰ ਚੱਲ ਜਾਂਦੇ ਆ। ਪਰਿਵਾਰ ਕਿਸੇ ਦਾ ਵੀ ਹੋ ਸਕਦਾ ਜੀ ਉਸ ਰੋਡ ਦੇ ਉੱਤੇ ਉਸ ਟਰੱਕ ਦੇ ਲਾਗੇ, ਜਿਹੜਾ ਕੋਈ ਏਦਾਂ ਰਿਸਕੀ ਚਲਾ ਰਿਹਾ ਜੀ। ਥੈਂਕ ਯੂ ਰਾਜਾ ਜੀ, ਮਿਹਰਬਾਨੀ ਜੀ। ਅਮਰੀਕ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਭਾਈ ਆਪਾਂ ਗੱਲ ਕਰ ਰਹੇ ਸੀ ਨਾ ਹੁਣ ਸਾਰੇ ਰੇਟ ਦੀ ਗੱਲ ਕਰ ਰਹੇ ਸੀ, ਜਿੱਦਾਂ ਕੈਰੀਅਰ ਹੈਗੇ ਕੁਛ ਕੈਰੀਅਰ ਥੋੜਾ ਸਸਤਾ ਚੱਕ ਲੈਂਦੇ, ਕੁਛ ਮਿਡ ਲੈਵਲ ਤੇ ਆ, ਕੁਛ ਰੇਟ ਥੋੜਾ ਆਪਣਾ ਹਾਈ ਰੱਖਦੇ ਆ। ਹੁਣ ਇਹ ਤੁਸੀਂ ਆਪ ਡਿਸਾਈਡ ਕਰਨਾ ਕਿ ਤੁਸੀਂ ਕਿਸ ਮਾਰਜਨ ਤੇ ਓਪਰੇਟ ਕਰ ਸਕਦੇ ਆ, ਤੇ ਇਸ ਤਰੀਕੇ ਦੇ ਨਾਲ ਹੀ ਬ੍ਰੋਕਰ ਜਿਹੜੇ ਹੈਗੇ ਆ ਬ੍ਰੋਕਰ ਵੀ ਡਿਫਰੈਂਟ ਹੈਗੇ ਆ, ਲੋ ਐਂਡ ਮੀਡੀਅਮ ਹਾਈ ਕਹਿ ਲਓ। ਤੇ ਜਿਹੜਾ ਸ਼ਿਪਰ ਹੈਗਾ ਉਹ ਬਹੁਤ ਸਿਆਣਾ ਹੋ ਗਿਆ, ਇਸ ਲਈ ਸ਼ਿਪਰ ਜਿਹੜਾ ਆ ਉਹ ਪਹਿਲਾਂ ਲੋਡ ਦਿੰਦਾ, ਜਿਹੜਾ ਚੀਪ ਬ੍ਰੋਕਰ ਆ ਉਹਨੂੰ ਲੋਡ ਦਿੱਤਾ, ਉਹਨੂੰ ਟਾਰਗੇਟ ਦਿੱਤਾ ਕਿ ਇਹ ਲੋਡ ਤੂੰ 2000 ਚ ਕਵਰ ਕਰਾਉਣਾ। ਉਹ ਜਿਹੜਾ ਬ੍ਰੋਕਰ ਆ ਉਹ ਫਿਰ ਉਹਨਾਂ ਕੈਰੀਅਰਾਂ ਨੂੰ ਟਾਰਗੇਟ ਕਰਦਾ ਜਿਹੜੇ ਉਹਦੇ ਲਿੰਕ ਚ ਉਸ ਰੇਟ ਤੇ ਕੰਮ ਕਰਦੇ ਆ ਕਵਰ ਕਰਾਉਣ ਦੀ। ਜਿਸ ਨਾਲ ਉਹ ਤੋਂ ਕਵਰ ਨਹੀਂ ਹੁੰਦਾ ਉਹ ਸ਼ਿਪਰ ਕੋਲ ਵਾਪਸ ਜਾਂਦਾ, ਕਹਿੰਦਾ ਕਿ ਲੋਡ ਕਵਰ ਨਹੀਂ ਹੋਇਆ। ਅੱਛਾ, ਸ਼ਿਪਰ ਉਹਦਾ ਰੇਟ ਨਹੀਂ ਵਧਾਊਗਾ, ਉਹਨੇ ਦੂਜੇ ਬ੍ਰੋਕਰ ਕੋਲ ਚਲੇ ਜਾਣਾ, ਉਹਨੂੰ 2500 ਦੇ ਦੇਣਾ ਕਿ ਤੂੰ ਕਵਰ ਕਰਾ। ਜੇ ਉਹ ਤੋਂ ਨਹੀਂ ਹੋਇਆ ਤੀਜੇ ਬ੍ਰੋਕਰ ਕੋਲ ਜਾ ਕੇ ਉਹਨੂੰ 3000 ਦੇ ਦੇਣਾ, ਪਰ ਉਹਨੇ ਉਹ ਬ੍ਰੋਕਰ ਨੂੰ ਨਹੀਂ ਖਰਾਬ ਕਰਨਾ ਕਿ ਇਹਨੂੰ ਇੱਕ ਵਾਰ ਜ਼ਿਆਦਾ ਦੇ ਦਿੱਤੇ ਤਾਂ ਗਾਹਾਂ ਵੀ ਮੈਨੂੰ ਜ਼ਿਆਦਾ ਦੇਣੇ ਪੈਣੇ ਆ। ਉਹ ਸੇਮ ਚੀਜ਼ ਕੈਰੀਅਰ ਤੇ ਅਪਲਾਈ ਹੁੰਦੀ ਆ। ਜੇ ਤੁਸੀਂ ਚੀਪ ਚੱਕਦੇ ਹੈਗੇ ਆ, ਤੁਹਾਡਾ ਉਹਨਾਂ ਕੋਲ ਹੈਗਾ ਕਿ ਇਹ ਬੰਦਾ 2000 ਚ ਇੱਥੋਂ ਇੱਥੇ ਤੱਕ ਜਾਂਦਾ, ਉਹ ਤੁਹਾਨੂੰ ਉਹਨਾਂ ਨੇ 2000 ਚ ਹੀ ਰੱਖਣਾ ਆ, ਤੁਹਾਨੂੰ ਨੈਕਸਟ ਟਾਈਮ ਉਹਨਾਂ ਨੇ ਉਸ ਤੋਂ ਜ਼ਿਆਦਾ ਨਹੀਂ ਦੇਣਾ। ਉਹਦੇ ਬਜਾਏ ਜਿਹੜਾ ਦੂਜਾ ਕੈਰੀਅਰ ਉਹਨਾਂ ਨੂੰ ਹਾਇਰ ਕਰਨਾ ਪੈ ਗਿਆ ਉਹਨੂੰ ਉਹ ਜ਼ਿਆਦਾ ਪੇ ਕਰ ਦਊਗੇ। ਇਹ ਚੀਜ਼ ਅੱਜ ਦੀ ਨਹੀਂ ਆ, ਇਹ ਚੀਜ਼ ਬਹੁਤ ਪਹਿਲਾਂ ਦੀ ਸੀਗੀ, ਜਦ ਅੱਜ ਤੋਂ ਯਾਰ 15 ਕੁ ਸਾਲ ਪਹਿਲਾਂ ਵੀ ਜਦ ਇੰਨੇ ਬ੍ਰੋਕਰ ਨਹੀਂ ਸੀਗੇ, ਠੀਕ ਆ, ਕੰਪਿਊਟਰ ਦਾ ਸਿਸਟਮ ਵੀ ਲਿਮਿਟਡ ਸੀਗਾ, ਜੇ ਕਈ ਬ੍ਰੋਕਰਾਂ ਦੇ ਨਾਲ ਲੋਡ ਚੱਕਦੇ ਸੀਗੇ ਉਹ ਵੀ ਆਪਣੇ ਸਿਸਟਮ 'ਚ ਉੱਥੇ ਕੰਪਿਊਟਰ 'ਚ ਫੀਡ ਕਰ ਲੈਂਦੇ ਸੀ ਕਿ ਕੈਰੀਅਰ ਦੀ ਹਿਸਟਰੀ ਕੀ ਆ। ਉਹ ਇੱਕ ਵਾਰ ਤੁਸੀਂ ਆਪਣੀ ਹਿਸਟਰੀ ਤੁਸੀਂ ਆਪ ਬਣਾਉਣੀ ਆ, ਤੁਸੀਂ 2000 ਤੇ ਚੱਕਣਾ, ਤੁਸੀਂ 2500 ਤੇ ਚੱਕਣਾ, ਜਾਂ ਤੁਸੀਂ 3000 ਤੇ ਚੱਕਣਾ, ਇਹ ਚੀਜ਼ ਤੁਹਾਡੇ ਹੱਥ ਦੇ ਵਿੱਚ ਆ। ਤੁਸੀਂ ਦੇਖੋ ਕਿ ਲੇਨ ਦੇ ਉੱਤੇ ਆਊਟਗੋਇੰਗ ਰੇਟ ਕੀ ਆ, ਇਨਕਮਿੰਗ ਰੇਟ ਕੀ ਆ, ਤੁਹਾਡੇ ਲਈ ਕੀ ਬੈਸਟ ਰੇਟ ਹੈਗਾ, ਤੇ ਤੁਸੀਂ ਉਸ ਰੇਟ ਤੇ ਸਟਿੱਕ ਕਰੋ। ਜੇ ਤੁਹਾਨੂੰ ਉਹ ਰੇਟ ਮਿਲਦਾ ਤਾਂ ਤੁਸੀਂ ਲੋਡ ਚੱਕੋ, ਨਹੀਂ ਮਿਲਦਾ ਤੇ ਨਾ ਚੱਕੋ, ਪਰ ਲੋਡ ਤੁਹਾਨੂੰ ਮਿਲੂਗਾ। ਇਹ ਨਹੀਂ ਹੈ ਕਿ ਕੋਈ ਮਾਰਕੀਟ ਤੋਂ ਆਊਟ ਹੋਗਾ, ਸਾਨੂੰ ਵੀ 15 ਸਾਲ ਹੋ ਗਏ ਟਰੈਕਿੰਗ ਕਰਦਿਆਂ ਨੂੰ, ਲੇਕਿਨ ਆਪਣਾ ਯੂ ਵਿਲ ਡੂ ਬੈਟਰ। ਤੇ ਇੱਕ ਜਿਹੜਾ ਭਾਜੀ ਵਿੱਚ ਪੁੱਛ ਰਹੇ ਸੀ ਨਾ, ਉਹਨਾਂ ਦੇ ਕੁਛ ਰਜਿਸਟ੍ਰੇਸ਼ਨ ਦਾ ਕਾਰ ਵਧਾਹਾਂ ਜੀ, ਮਤਲਬ ਆਰ ਏ ਆਰ ਬੀ ਦਾ ਪੁੱਛਦੇ ਸੀਗੇ ਉਹ, 6 ਮਹੀਨੇ ਦਾ ਸਟicker ਮਿਲਦਾ ਸੀਗਾ ਤੇ ਇਸ ਵਾਰ ਜਦੋਂ ਕੀਤਾ $30 ਦੇ ਕੇ ਤਾਂ 4 ਮਹੀਨੇ ਦਾ ਹੀ ਮਿਲਿਆ। ਓ ਅੱਛਾ, ਨਹੀਂ ਉਹਦੇ ਬਾਰੇ ਨਹੀਂ ਪਤਾ ਭਾਜੀ। ਓਕੇ ਜੀ, ਓਕੇ, ਥੈਂਕ ਯੂ ਜੀ, ਮਿਹਰਬਾਨੀ, ਧੰਨਵਾਦ। ਸਤਵੰਤ ਜੀ, ਹਾਈ ਭਾਈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜਿਹੜਾ ਤੁਹਾਡਾ ਐਗਰੀਮੈਂਟ ਜਦੋਂ ਸਾਈਨ ਅਪ ਹੋਇਆ ਨਾ, ਉਹਦੇ ਤੇ ਡਿਪੈਂਡ ਕਰਦਾ ਹੈਗਾ, ਲੀਗਲੀ ਤਾਂ ਠੀਕ ਨੀ ਹੈ,
ਪਰ ਜਿੱਦਾਂ ਹੋਇਆ ਹੁਣ ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਪਹਿਲਾਂ ਵੀ ਇੱਕ ਆਪਣੇ ਕਾਲਰ ਕਹਿ ਕੇ ਗਏ ਆ ਵੀ 2 ਸਾਲ ਦਾ ਜੇ ਐਕਸਪੀਰੀਅੰਸ ਨਹੀਂ ਤਾਂ ਐਡ ਹੀ ਨਹੀਂ ਹੁੰਦੇ। ਕਈ ਕੰਪਨੀਆਂ ਐਡ ਕਰਦੀਆਂ ਪਰ ਉਹ ਪ੍ਰੀਮੀਅਮ ਬੜਾ ਫਿਰ 10-10, 15-15 ਹਜ਼ਾਰ ਵੱਧ ਜਾਂਦਾ। ਸੋ ਨਹੀਂ ਕੋਈ ਐਗਰੀਮੈਂਟ ਤਾਂ ਕੋਈ ਨੀ ਹੋਇਆ ਐਕਚੁਅਲੀ, ਉਹਨੇ ਪਹਿਲਾਂ ਨਹੀਂ ਜੀ ਕੱਟਦੇ, ਹੁਣ ਤੋਂ ਕੱਟਣ ਲੱਗੇ ਨੇ ਉਹ $105 ਐਕਸਟਰਾ ਕੱਟਣ ਲੱਗ ਗਏ ਕਹਿੰਦੇ ਡਰਾਈਵਰ ਦੀ ਇੰਸ਼ੋਰੈਂਸ ਦੇ। ਹੁਣ ਫਿਰ ਇਹ ਹੈ ਨਾ ਭਾਜੀ ਡਰਾਈਵਰ ਮਿਲਦੇ ਬਹੁਤ ਆ, ਪ੍ਰੋਬਲਮ ਇਹ ਵੀ ਆ ਸਾਲ ਪਹਿਲਾਂ ਜਿਹੜੇ 2 ਸਾਲ ਪਹਿਲਾਂ ਕੋਵਿਡ ਵੇਲੇ। ਲੀਗਲੀ ਦੇਖਿਆ ਜਾਵੇ ਤਾਂ ਇਦਾਂ ਨਹੀਂ ਹੁੰਦਾ ਜੀ, ਨਹੀਂ ਵੈਸੇ ਤਾਂ ਗਲਤ ਹੀ ਆ ਨਾ, ਜਿਹੜਾ ਆਪਾਂ ਗੱਡੀ ਲੈਂਦੇ ਹਾਂ ਗੱਡੀ ਦੀ ਇੰਸ਼ੋਰੈਂਸ ਤਾਂ ਪੈਸੇਂਜਰ ਦੀ ਵੀ ਹੁੰਦੀ ਆ, ਡਰਾਈਵਰ ਦੀ ਸਾਰੇ ਆਲਰੇਡੀ ਸਾਰੀ ਹੁੰਦੀ ਆ, ਇਨਕਲੂਡ ਹੀ ਹੁੰਦੀ ਆ ਸਾਰਾ ਨਾ। ਨਹੀਂ ਉਹ ਜਿੱਦਾਂ ਮੈਂ ਤੁਹਾਨੂੰ ਐਕਸਪਲੇਨ ਕੀਤਾ ਨਾ ਭਾਜੀ ਵੀ ਉਹ ਹੁਣ ਤੁਹਾਡਾ ਕੰਟਰੈਕਟ ਤੇ ਡਿਪੈਂਡ ਕਰਦਾ, ਅਗਲਾ ਕਹਿੰਦਾ ਮੇਰੀ ਇੰਸ਼ੋਰੈਂਸ ਵੱਧ ਗਈ ਆ ਜਾਂ ਜਿਹੜਾ ਡਰਾਈਵਰ ਐਡ ਕਰ ਰਹੇ ਆ ਤੇ ਉਹਦੇ ਨਾਲ ਰੇਟ ਬਹੁਤ ਵੱਧ ਗਏ ਆ ਜਾਂ ਐਡ ਨਹੀਂ ਹੁੰਦਾ। ਸੋ ਤੁਸੀਂ ਕਹਿ ਸਕਦੇ ਪਰ ਇਦਾਂ ਦਾ ਕੋਈ ਲੀਗਲ ਤਾਂ ਹੈ ਨਹੀਂ ਵੈਸੇ। ਗਲਤ ਆ ਵੈਸੇ ਹੈ ਨਾ ਭਾਜੀ, ਮੈਂ ਕਿਹਾ ਸੀ ਉਹਨਾਂ ਨੂੰ, ਮੈਂ ਤੁਸੀਂ ਗਲਤ ਕਰਦੇ ਪਏ ਜੀ। ਚਲੋ ਠੀਕ ਹੈ ਭਾਜੀ, ਥੈਂਕ ਯੂ, ਮੈਂ ਭਾਜੀ ਸਲਾਹ ਲਵਾਂਗਾ ਕੀ ਕਹਿੰਦੇ ਹਨ ਜੀ। ਬਾਕੀ ਜੇ ਕਿਸੇ ਦੇ ਨਾਲ ਕੋਈ ਹੋਇਆ ਕੁਛ ਇਦਾਂ ਕੋਈ ਕੋਈ ਹੈਗਾ ਰੂਲ ਜਿਹੜਾ ਹੁਣ ਸਾਨੂੰ ਵੀ ਨਹੀਂ ਪਤਾ ਸਾਰੇ ਜਿਹੜੀ ਉਹ ਸੁਣੀ ਹੈਲਥ ਇੰਸ਼ੋਰੈਂਸ ਦਾ ਜਿਹੜਾ ਉਹ ਹੁੰਦਾ।